ਇਤਿਹਾਸਕ ਇਮਾਰਤ ਮੂਲ ਮੰਤਰ ਸਥਾਨ ਗੁਰਦੁਆਰਾ ਸੰਤ ਘਾਟ ਦਾ ਨਿਰਮਾਣ ਕਾਰਜ ਭਾਈ ਮਹਿੰਦਰ ਸਿੰਘ ਜੀ ਨਿਸ਼ਕਾਮ ਅਰਪਿਤ ਜਿਹੜੇ ਨੇ ਅਸੀਂ ਜੋ ਸਮਾਗਮ ਕੀਤੇ ਜਾ ਰਹੇ ਨੇ ਉਹਨਾਂ ਦਾ ਵੇਰਵਾ ਤੁਹਾਨੂੰ ਸਾਰਿਆਂ ਨੂੰ ਦੱਸ ਰਹੇ ਹਾਂ। ਤਹਿ ਗੁਰੂ ਨਾਨਕ ਨਾਮ ਲੇਵਾ ਸਿੱਖ ਸੰਮੇਲਨ ਜਿਹੜਾ ਉਹ 10 ਅਕਤੂਬਰ ਨੂੰ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਸ੍ਰੀ ਅਨੰਦਪੁਰ ਸਾਹਿਬ ਦੇ ਦੀਵਾਨ ਹਾਲ ਵਿਖੇ ਕਰਵਾਇਆ ਜਾਵੇਗਾ। ਔਰ ਇਸ ਤਰ੍ਹਾਂ ਇਹ ਜਿਹੜਾ ਇਹਦਾ ਸਮਾਂ ਹੋਊਗਾ 11 ਤੋਂ ਲੈ ਕੇ ਦੁਪਹਿਰ ਦੇ 3 ਵਜੇ ਤੱਕ। ਸ੍ਰੀ ਸੁਖਮਨੀ ਜੀ ਸਾਹਿਬ ਸੇਵਾ ਸੁਸਾਇਟੀ ਵੱਲੋਂ ਗੁਰਮਤਿ ਸਮਾਗਮ ਜਿਹੜਾ 3 ਨਵੰਬਰ ਨੂੰ ਸਥਾਨ ਗੁਰਦੁਆਰਾ ਸ੍ਰੀ ਬੇਰ ਸਾਹਿਬ ਸੁਲਤਾਨਪੁਰ ਲੋਧੀ ਵਿਖੇ ਕਰਵਾਇਆ ਜਾ ਰਿਹਾ ਅੰਤਰ ਧਰਮ ਸਮਾਜ ਸੰਮੇਲਨ। ਇਹ 8 ਨਵੰਬਰ ਨੂੰ ਗੁਰਦੁਆਰਾ ਜੀ ਮਿਸ਼ਰ ਸਮਾਗਮ ਜਿਹੜਾ ਹੈ ਇਹ ਗੁਰਦੁਆਰਾ ਸ੍ਰੀ ਬੇਰ ਸਾਹਿਬ ਸੁਲਤਾਨਪੁਰ ਲੋਧੀ ਵਿਖੇ ਇਹ ਅੱਜ ਅਸੀਂ ਤੁਹਾਨੂੰ ਸਾਰਿਆਂ ਨੂੰ ਦੱਸਣਾ ਹੈ। ਜਗਤ ਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਦਾ 550 ਸਾਲਾ ਪ੍ਰਕਾਸ਼ ਗੁਰਪੁਰਬ ਸੰਸਾਰ ਪੱਧਰ 'ਤੇ ਮਨਾਇਆ ਜਾਵੇਗਾ ਅਤੇ ਮਨਾਇਆ ਜਾ ਰਿਹਾ ਹੈ, ਜਿਸ ਵਿੱਚ ਪਾਕਿਸਤਾਨ ਦੇ ਵਿੱਚ, ਢਾਕਾ ਬੰਗਲਾਦੇਸ਼ ਅਤੇ ਸ਼੍ਰੀਲੰਕਾ ਦੇ ਵਿੱਚ ਸੈਮੀਨਾਰ ਗੁਰਮਤਿ ਸਮਾਗਮਾਂ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਬਾਕੂ, ਅਜਰਾਬਾਈਨ, ਦੁਬਈ, ਅਮਰੀਕਾ ਵਿੱਚ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਦੇ 550 ਸਾਲਾ ਪ੍ਰਕਾਸ਼ ਗੁਰਪੁਰਬ ਨੂੰ ਸਮਰਪਿਤ ਸਮਾਗਮ ਜਿਹੜੇ ਹੁਣ ਤੱਕ ਕੀਤੇ ਜਾ ਚੁੱਕੇ ਨੇ। ਜਗਤ ਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਦਾ ਵੱਖ ਵੱਖ ਥਾਂ ਦੇ ਉੱਤੇ ਅਸੀਂ ਕਰਵਾ ਰਹੇ ਹਾਂ। ਜਿਸ ਤਰ੍ਹਾਂ ਮਾਝੇ ਵਿੱਚ 25-26 ਮਈ ਨੂੰ ਗੁਰਦੁਆਰਾ ਗੁਰੂ ਤੇਗ ਬਹਾਦਰ ਸਾਹਿਬ ਬਾਬਾ ਬਕਾਲਾ ਸਾਹਿਬ, ਇਸ ਤਰ੍ਹਾਂ ਮਾਲਵੇ ਵਿੱਚ 30-31 ਮਈ ਗੁਰਦੁਆਰਾ ਟਾਹਲੀਆਣਾ ਸਾਹਿਬ ਰਾਏਕੋਟ ਉੱਥੇ ਕਰਵਾਇਆ ਜਾਵੇਗਾ ਅਤੇ ਦੁਆਬੇ ਦੇ ਵਿੱਚ 10 ਅਤੇ 11 ਜੂਨ ਨੂੰ ਗੁਰਦੁਆਰਾ ਸ਼ਹੀਦਾਂ ਲੱਦੇਵਾਲ ਮਾਲਪੁਰ ਇੱਥੇ ਸਾਰਾ ਜਿਹੜਾ ਇਹ ਕਰਵਾਇਆ ਜਾਣਾ ਹੈ। ਇਹਦੇ ਵਿੱਚ ਮੁੱਖ ਢਾਡੀ ਕਵਿਸਰ ਦਰਬਾਰ ਜਿਹੜਾ ਹੈ 9 ਨਵੰਬਰ ਨੂੰ ਕਵਿਸਰ ਦਰਬਾਰ ਹੋਣਾ ਹੈ, ਉਹ ਦਿਨ ਵੇਲੇ ਗੁਰਦੁਆਰਾ ਸ੍ਰੀ ਬੇਰ ਸਾਹਿਬ ਸੁਲਤਾਨਪੁਰ ਲੋਧੀ ਵਿਖੇ ਕੀਤਾ ਜਾਣਾ। ਇਸੇ ਤਰ੍ਹਾਂ ਕਵੀ ਦਰਬਾਰ ਜਿਹੜਾ ਹੈ ਇਹ ਗੁਰਦੁਆਰਾ ਸ੍ਰੀ ਬੇਰ ਸਾਹਿਬ ਸੁਲਤਾਨਪੁਰ ਲੋਧੀ ਵਿਖੇ ਜਿਹਦਾ ਵਿਸ਼ਾ ਹੋਊਗਾ ਧੰਨ ਨਾਨਕ ਤੇਰੀ ਵੱਡੀ ਕਮਾਈ, ਇਹਦੇ 'ਤੇ ਆਧਾਰਿਤ ਜਿਹੜਾ ਹੈ ਇਹ ਸਾਰਾ ਕਵੀ ਦਰਬਾਰ ਕਰਵਾਇਆ ਜਾਣਾ। ਇਹਦੇ ਵਿੱਚ ਵੱਖ ਵੱਖ ਜੋਨ ਵਾਲਾ ਕਵੀ ਦਰਬਾਰ ਦੇ ਟਾਈਮ ਵੱਖਰੇ ਹੋਣਗੇ ਅਤੇ ਗੁਰਦੁਆਰਾ ਕੀਰਤਨ ਕੀਰਤ ਪੁਰਾਣੇ ਕਵੀਆਂ ਦੀਆਂ ਕਵਿਤਾਵਾਂ ਛਾਪੀਆਂ ਜਾਣਗੀਆਂ। ਇਸ ਸੰਬੰਧੀ ਇੱਕ ਸਬ ਕਮੇਟੀ ਬਣਾਈ ਜਾਵੇਗੀ ਜਿਸ ਵਿੱਚ ਇੱਕ ਕਵੀ ਨੂੰ ਸ਼ਾਮਿਲ ਕੀਤਾ ਜਾਵੇਗਾ। ਇਸ ਤਰ੍ਹਾਂ 10 ਨਵੰਬਰ ਨੂੰ ਇਸਤਰੀ ਸੰਮੇਲਨ ਜਿਹੜਾ ਹੈ ਉਹ ਕਰਵਾਇਆ ਜਾਵੇਗਾ, ਬੇਬੇ ਨਾਨਕੀ ਇਸਤਰੀ ਸੰਮੇਲਨ ਇਹਦਾ ਨਾਂ ਹੋਏਗਾ। ਇਹ ਗੁਰਦੁਆਰਾ ਸ੍ਰੀ ਬੇਰ ਸਾਹਿਬ ਸੁਲਤਾਨਪੁਰ ਲੋਧੀ ਵਿਖੇ 10 ਨਵੰਬਰ ਨੂੰ ਜਿਹੜਾ ਇਹ ਕਰਵਾਇਆ ਜਾਣਾ। ਸ਼ਬਦ ਵਿਚਾਰ ਰਾਗ ਦਰਬਾਰ ਗੁਰਦੁਆਰਾ ਸ੍ਰੀ ਬੇਰ ਸਾਹਿਬ ਸੁਲਤਾਨਪੁਰ ਲੋਧੀ ਵਿਖੇ 11 ਨਵੰਬਰ ਦੀ ਰਾਤ ਨੂੰ 8 ਵਜੇ ਤੋਂ 12 ਵਜੇ ਤੀਕ ਇਹ ਜਿਹੜੇ ਸ਼ਬਦ ਵਿਚਾਰ ਅਤੇ ਰਾਗ ਦਰਬਾਰ ਵਗੈਰਾ ਹੋਣਗੇ। ਇਹਦੇ ਵਿੱਚ ਗੁਰੂ ਨਾਨਕ ਬਾਣੀ ਕੀਰਤਨ ਦਰਬਾਰ ਸਮੇਂ ਗੁਰੂ ਨਾਨਕ ਸਾਹਿਬ ਦੀ ਬਾਣੀ ਦਾ ਰਾਗਾਂ ਅਨੁਸਾਰ ਗਾਇਨ ਕਰਵਾਇਆ